ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰ ਧਾਰਿਆ। ਗੁਰੂ ਪਿਆਰੇ ਸਾਜੀ ਨਵਾਂ ਜੀ, ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਲੜੀ ਦੇ ਤਹਿਤ ਵਿਚਾਰ ਕਰ ਰਹੇ ਹਾਂ, ਗੁਰਬਾਣੀ ਦੇ ਰਾਹੀਂ, ਤਵਾਰੀਖੀ ਪੰਨਿਆਂ ਦੇ ਰਾਹੀਂ, ਅਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਅੱਜ ਦੇ ਸੰਦਰਭ ਦੇ ਅੰਦਰ ਸਿਗਨੀਫਿਕੈਂਸ ਕੀ ਹੈ, ਜਿਹੜੀ ਉਹਨਾਂ ਦੀ ਅਸੀਂ ਹਿਸਟਰੀ ਪੜ੍ਹਦੇ ਹਾਂ, ਕਿਵੇਂ ਕਿਵੇਂ ਉਹਨਾਂ ਦਾ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਕਿਹੜੇ ਮੁਕਾਮ 'ਤੇ ਉਹਨਾਂ ਦਾ ਜੀਵਨ ਪਹੁੰਚਦਾ ਹੈ, ਕਿਵੇਂ ਮਨੁੱਖਤਾ ਦੀ ਝੋਲੀ ਦੇ ਅੰਦਰ ਉਹ ਬੜੀਆਂ ਵਡਮੁੱਲੀਆਂ ਦਾਤਾਂ ਪਾਉਂਦੇ ਨੇ, ਜਿਨ੍ਹਾਂ ਦੇ ਬਾਰੇ ਸੱਤੇ ਬਲਵੰਡ ਨੇ ਬੜੇ ਪਿਆਰੇ ਅੱਖਰ ਕਹੇ ਨੇ। ਉਹ ਕਹਿੰਦੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਅਸੀਂ ਉਹਨਾਂ ਦੇ ਜੀਵਨ ਦੀ ਸ਼ੁਰੂਆਤ ਦੇਖੀ ਸੀ, ਇੱਕ ਤਰਸ ਭਰਿਆ ਜੀਵਨ ਸੀਗਾ, ਬੜੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਨਿਕਲਿਆ ਹੋਇਆ ਜੀਵਨ ਸੀਗਾ, ਬੜੀਆਂ ਮੁਸ਼ਕਿਲਾਂ ਦੇ ਵਿੱਚ ਘਿਰਿਆ ਹੋਇਆ ਜੀਵਨ ਸੀਗਾ, ਜੀਵਨ ਦੇ ਅੰਦਰ ਬੜੀ ਸਟਰਗਲ ਸੀ, ਪਰ ਉਸ ਸਟਰਗਲ ਦੇ ਵਿੱਚੋਂ ਨਿਕਲ ਕੇ ਸੱਚ ਨੂੰ ਆਪਣੇ ਸਾਹਮਣੇ ਰੱਖ ਕੇ ਗੁਰੂ ਪਾਤਸ਼ਾਹ ਜੀ ਇੱਕ ਵੱਡਾ ਟੀਚਾ ਆਪਣੇ ਜੀਵਨ ਦਾ ਮਿੱਥਦੇ ਨੇ, ਅਤੇ ਉਹਨਾਂ ਦਾ ਜੀਵਨ ਦੁਨੀਆਂ ਦੇ ਵਾਸਤੇ ਚਾਨਣ ਮੁਨਾਰਾ ਬਣ ਜਾਂਦਾ ਹੈ। ਪਿਛਲੇ ਦਿਨੀ ਨਾ ਲਾਈਵ ਟੀਵੀ ਦੇ ਉੱਤੇ ਡਿਬੇਟ ਵਗੈਰਾ ਚੱਲ ਰਹੀ ਸੀਗੀ, ਅਤੇ ਉਹਦੇ ਅੰਦਰ ਇੱਕ ਗੈਂਗਸਟਰ ਜਿਹੜਾ ਹੈ ਆਪਣੇ ਵਿਚਾਰ ਜਦੋਂ ਸਾਰਿਆਂ ਦੇ ਸਾਹਮਣੇ ਰੱਖ ਰਿਹਾ ਸੀ ਨਾ, ਉਹਨੇ 2-4-5 ਵਾਰੀ ਨਾ ਇਹ ਗੱਲਾਂ ਰਿਪੀਟ ਕੀਤੀਆਂ। ਉਹ ਗੱਲਾਂ ਕੀ ਸੀਗੀਆਂ? ਉਹ ਆਂਦਾ ਜੀ, ਸਮਾਜ ਨੇ ਸਾਡੇ ਨਾਲ ਮਾੜਾ ਵਰਤਾਅ ਕੀਤਾ ਤਾਂ ਅਸੀਂ ਇਸ ਲੈਵਲ 'ਤੇ ਤੁਰੇ, ਤਾਂ ਅਸੀਂ ਹਥਿਆਰ ਚੁੱਕੇ, ਤਾਂ ਅਸੀਂ ਬੇਦੋਸ਼ਿਆਂ ਨੂੰ ਮਾਰਿਆ, ਸਾਡੇ ਨਾਲ ਫਲਾਣੇ ਬੰਦਿਆਂ ਨੇ ਮਾੜੀ ਕੀਤੀ ਹੈ। ਅਤੇ ਸੱਚ ਜਾਣਨਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਵਾਸਤੇ ਇੱਕ ਚਾਨਣ ਮੁਨਾਰਾ ਹੈ ਕਿ ਜਦੋਂ ਤੁਹਾਡੇ ਜੀਵਨ ਦੇ ਅੰਦਰ ਸਟਰਗਲ ਆਉਂਦਾ ਹੈ, ਤੁਸੀਂ ਇੱਕ ਮਿਹਨਤ ਵੱਲ ਤੁਰਦੇ ਹੋ, ਪਰ ਮਿਹਨਤ ਸੱਚ ਦੀ ਹੋਵੇ, ਮਿਹਨਤ ਪਰਮੇਸ਼ਰ ਦੇ ਨਾਮ ਦੀ ਹੋਵੇ, ਮਿਹਨਤ ਜਿਹੜੀ ਹੈ ਉਹ ਚੰਗੇ ਗੁਣਾਂ ਅਤੇ ਚੰਗੀਆਂ ਵਡਿਆਈਆਂ ਦੀ ਹੋਵੇ, ਅਤੇ ਇਨਸਾਨ ਇੱਕ ਇਹੋ ਜਿਹੇ ਮੁਕਾਮ 'ਤੇ ਪਹੁੰਚਦਾ ਹੈ ਜਿੱਥੇ ਉਹਦਾ ਜੀਵਨ ਦੁਨੀਆਂ ਵਾਸਤੇ ਚਾਨਣ ਮੁਨਾਰਾ ਬਣ ਜਾਂਦਾ ਹੈ। ਅਕਸਰ ਜਦੋਂ ਇਹੋ ਜਿਹੀਆਂ ਮੁਸ਼ਕਲਾਂ ਕਿਸੇ ਮਨੁੱਖ ਦੇ ਜੀਵਨ 'ਚ ਆਉਂਦੀਆਂ ਨਾ, ਮਾਂ ਨਾ ਰਹੇ, ਪਿਤਾ ਨਾ ਰਹੇ, ਉਹ ਬੱਚਾ ਜਾਂ ਤਾਂ ਸੰਸਾਰ ਦੇ ਵੱਲੋਂ ਥੋੜ੍ਹਾ ਜਿਹਾ ਕੱਟ ਆਫ ਹੋ ਜਾਂਦਾ, ਜਾਂ ਫਿਰ ਉਹਦਾ ਜੀਵਨ ਕਿਸੇ ਗਹਿਰੀ ਖਾਈ ਦੇ ਅੰਦਰ, ਕਿਸੇ ਔਗਣਾਂ ਦੇ ਅੰਦਰ ਗਲਤਾਨ ਹੋ ਜਾਂਦਾ, ਉਹਦਾ ਜੀਵਨ ਸੇਧ ਦਾ ਪਾਤਰ ਨਹੀਂ ਰਹਿੰਦਾ, ਉਹਦੇ ਜੀਵਨ ਤੋਂ ਕੋਈ ਸੇਧ ਨਹੀਂ ਲੈ ਸਕਦਾ। ਆਮ ਉਹਦੇ ਜੀਵਨ ਦੇ ਲਹਿਜੇ ਦੇ ਅੰਦਰ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਵੇਖੋ, ਤੁਹਾਨੂੰ ਉਹਦੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਕੁਝ ਰੋਸ ਦੇ ਬੋਲ ਹਮੇਸ਼ਾ ਹੀ ਨਜ਼ਰ ਆਉਣਗੇ। ਪਰ ਕਮਾਲ ਦੀ ਬਾਤ ਇਹ ਹੈ, ਅਸੀਂ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਉਹਨਾਂ ਦੇ ਆਪਣੇ ਲਿਖੇ ਹੋਏ ਬੋਲ, ਕਿਉਂਕਿ ਬਾਣੀ ਦੇ ਰੂਪ ਦੇ ਅੰਦਰ ਅੱਜ ਵੀ ਸਾਡੇ ਕੋਲ ਮੌਜੂਦ ਨੇ, ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਸੀਂ ਵੇਖੋ ਘਰ ਦੀਆਂ ਪ੍ਰੋਬਲਮਸ ਕਿੰਨੀਆਂ ਨੇ, ਉਹਨਾਂ ਸਾਰੀਆਂ ਨੂੰ ਫੇਸ ਕਰਦਿਆਂ ਹੋਇਆਂ ਜੀਵਨ ਦੇ ਸਟਰਗਲ ਦੇ ਵਿੱਚੋਂ ਨਿਕਲ ਕੇ ਉਹ ਕਿਹੋ ਜਿਹੀ ਘੜਤ ਆਪਣੇ ਜੀਵਨ ਦੀ ਘੜ ਲੈਂਦੇ ਨੇ ਗੁਰੂ ਨਾਨਕ ਦੀ ਛਤਰ ਛਾਇਆ ਹੇਠ ਆ ਕੇ, ਕਿ ਸੱਤੇ ਅਤੇ ਬਲਵੰਡ ਨੂੰ ਇਹ ਅੱਖਰ ਕਹਿਣੇ ਪੈਂਦੇ ਨੇ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਆਖਿਆ ਪੂਰੀ ਹੋਈ ਕਰਾਮਾਤ। ਇਸ ਤੋਂ ਵੱਡੀ ਕਰਾਮਾਤ ਹੋਰ ਕੀ ਹੋਏਗੀ, ਜਿਹਦੇ ਉੱਤੇ ਤਰਸ ਖਾ ਕੇ ਲੋਕ ਇਹ ਗੱਲ ਕਹਿ ਰਹੇ ਨੇ ਜੀ, ਪਿਤਾ ਨਹੀਂ ਰਹੇ, ਮਾਂ ਨਹੀਂ ਰਹੀ, ਇਹਨੂੰ ਰੋਟੀ ਕੌਣ ਦੇਵੇਗਾ, ਇਹਦੇ ਜੀਵਨ ਦਾ ਕੀ ਬਣੇਗਾ, ਕਿਵੇਂ ਇਹਦਾ ਵਿਹਾਰ ਘੜਿਆ ਜਾਏਗਾ, ਕੀ ਬਣੇਗਾ, ਕਿਉਂਕਿ ਬਚਪਨ ਜਿਹੜਾ ਨਾ ਇੱਕ ਬੇਸ ਮਾਡਲ ਜੀਵਨ ਹੁੰਦਾ ਹਰ ਇੱਕ ਬੱਚੇ ਦਾ। ਅੱਜ ਵੀ ਇਨਸਾਨ ਆਪਣੇ ਬੱਚਿਆਂ ਨੂੰ
ਬੜੀ ਵਧੀਆ ਐਜੂਕੇਸ਼ਨ ਦੇਣਾ ਚਾਹੁੰਦਾ ਹੈ, ਬੜੇ ਵਧੀਆ ਸੰਸਕਾਰ ਦੇਣਾ ਚਾਹੁੰਦਾ ਹੈ, ਬਚਪਨ ਤੋਂ ਹੀ ਉਹਨਾਂ ਨੂੰ ਕਿਸੇ ਗੇਮ 'ਚ ਪਾ ਕੇ ਜਾਂ ਇਹੋ ਜਿਹੇ ਗੁਣ ਇਹੋ ਜਿਹੀਆਂ ਚੀਜ਼ਾਂ ਆਪਣੇ ਬੱਚੇ ਦੀ ਝੋਲੀ 'ਚ ਪਾਉਣਾ ਚਾਹੁੰਦਾ ਹੈ ਵੀ ਬੱਚੇ ਦਾ ਬੇਸ ਘੜਿਆ ਜਾਏ। ਪਰ ਉੱਥੇ ਬੇਸ ਦੇ ਕਿਹੋ ਜਿਹੇ ਹਾਲਾਤ ਹੋਣਗੇ ਆਪ ਜੀ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ। ਜਿਹੜੇ ਬੱਚੇ ਨੇ ਅਜੇ ਮਾਂ ਨੂੰ ਚੰਗੀ ਤਰ੍ਹਾਂ ਪਛਾਣਿਆ ਨਹੀਂ ਤੇ ਮਾਂ ਕੋਲ ਨਾ ਰਹੀ ਹੋਵੇ, ਤੋਤਲੀ ਜ਼ਬਾਨ ਦੇ ਨਾਲ ਅਜੇ ਪਿਤਾ ਬੋਲਣਾ ਚੰਗੀ ਤਰ੍ਹਾਂ ਸਿੱਖਿਆ ਨਹੀਂ ਤੇ ਪਿਤਾ ਵੀ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਜਾਂਦੇ ਨੇ, ਨਾਨੀ ਦੀ ਬਾਂਹ ਫੜੀ ਹੈ ਤੇ ਨਾਨੀ ਬਜ਼ੁਰਗ ਹੈ, ਹੁਣ ਇਹ ਸਾਰਾ ਕੁਝ ਉਹਨਾਂ ਦੇ ਜੀਵਨ 'ਚ ਵਾਪਰਦਾ। ਪਰ ਸੱਤੇ ਤੇ ਬਲਵੰਡ ਨੇ ਇਹ ਬਚਨ ਬੜੇ ਪਿਆਰੇ ਕਹੇ, ਉਹ ਕਹਿੰਦੇ ਕਰਾਮਾਤੀ ਜੀਵਨ ਹੈ, ਇਸ ਤੋਂ ਵੱਡੀ ਕਰਾਮਾਤ ਕੀ ਹੋਏਗੀ। ਦੁਨੀਆਂ ਦੇ ਲੋਕ ਕਰਾਮਾਤਾਂ ਨੂੰ ਹਾਸਲ ਕਰਨ ਵਾਸਤੇ ਨਾ ਘਰ ਪਰਿਵਾਰ ਛੱਡ ਕੇ ਤੇ ਜੰਗਲਾਂ ਨੂੰ ਚਲੇ ਜਾਂਦੇ ਆ, 15-20-25-30 ਸਾਲ ਬਾਅਦ ਵਾਪਸ ਜਿਹੜੇ ਆਪਣੇ ਸਮਾਜ 'ਚ ਪਰਤਦੇ ਸੀਗੇ ਤੇ ਕਰਾਮਾਤ ਦਾ ਤੇ ਪਤਾ ਨਹੀਂ ਉਹਨਾਂ ਕੋਲ ਆਉਂਦੀ ਸੀ ਕਿ ਨਹੀਂ ਸੀ ਆਉਂਦੀ, ਪਰ ਇੰਨਾ ਜ਼ਰੂਰ ਸੀਗਾ ਕਿ ਉਹ ਲੋਕ ਕਿਸੇ ਵੀ ਕੰਮ ਕਰਨ ਤੋਂ ਨਕਾਰਾ ਹੋ ਜਾਂਦੇ ਸੀ ਤੇ ਲੋਕਾਂ ਕੋਲੋਂ ਮੰਗ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ। ਪਤਾ ਨਹੀਂ ਕੋਈ ਕਰਾਮਾਤ ਆਈ ਹੈ ਕਿ ਨਹੀਂ ਆਈ, ਪਰ ਭਾਈ ਸੱਤਾ ਤੇ ਬਲਵੰਡ ਜੀ ਨੇ ਬੜੇ ਪਿਆਰੇ ਅੱਖਰ ਗਏ, ਆਖਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਉਹਨਾਂ ਦੇ ਜੀਵਨ ਦੇ ਅੰਦਰ ਉਹਨਾਂ ਦੇ ਬੋਲਾਂ ਦੇ ਅੰਦਰ ਕਦੇ ਵੀ ਨਾ ਤੁਹਾਨੂੰ ਨਮੋਸ਼ੀ ਨਜ਼ਰ ਆਏਗੀ, ਨਾ ਤੁਹਾਨੂੰ ਸਮਾਜ ਦੇ ਪ੍ਰਤੀ ਕੋਈ ਰੋਸ ਨਜ਼ਰ ਆਏਗਾ, ਨਾ ਪਰਮੇਸ਼ਰ ਦੇ ਪ੍ਰਤੀ ਕੋਈ ਗਿਲਾ ਸ਼ਿਕਵਾ ਨਜ਼ਰ ਆਏਗਾ। ਸਗੋਂ ਉਹਨਾਂ ਦੀ ਬਾਣੀ ਦੇ ਬੜੇ ਪਿਆਰੇ ਬਚਨ ਨੇ, ਕਹਿੰਦੇ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਕਹਿੰਦੇ ਉਹ ਰਤਨਾਂ ਵਰਗਾ ਨਾਮ ਮੇਰੇ ਹਿਰਦੇ 'ਚ ਵੱਸ ਗਿਆ, ਜਦੋਂ ਗੁਰੂ ਨਾਨਕ ਦੀ ਤੀਸਰੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੇਰੇ ਮੱਥੇ ਦੇ ਉੱਤੇ ਹੱਥ ਰੱਖਿਆ। ਬੋਲ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ, ਬੜੀ ਪਿਆਰੀ ਬਾਣੀ ਜਿਹੜੀ ਆਮ ਤੌਰ 'ਤੇ ਬੱਚਿਆਂ ਦੇ ਆਨੰਦ ਕਾਰਜ ਵੇਲੇ ਪੜ੍ਹੀ ਜਾਂਦੀ ਹੈ, ਉਹ ਬਾਣੀ ਵੀ ਜਿਹੜੀ ਹੈ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਹੈ। ਉਹਨਾਂ ਦੇ ਹੋਰ ਸ਼ਬਦ ਅਸੀਂ ਪੜ੍ਹਦੇ ਹਾਂ ਤੇ ਆਪਣੇ ਜੀਵਨ ਦੀ ਵਿਆਖਿਆ ਕਰਦੇ, ਇਹ ਨਹੀਂ ਕਹਿੰਦੇ ਸਮਾਜ ਨੇ ਮੇਰੇ ਨਾਲ ਮਾੜਾ ਕੀਤਾ, ਦੁਨੀਆਂ ਨੇ ਮੇਰੇ ਨਾਲ ਮਾੜੀ ਕੀਤੀ, ਪਰਮੇਸ਼ਰ ਨੇ ਮੇਰੇ ਨਾਲ ਮਾੜਾ ਕੀਤਾ। ਇੱਕ ਵੀ ਬਚਨ ਸਾਰੀ ਬਾਣੀ 'ਚ ਉਹਨਾਂ ਦਾ ਇਹੋ ਜਿਹਾ ਨਹੀਂ ਮਿਲੇਗਾ, ਸਗੋਂ ਇੱਥੇ ਤੱਕ ਕਹਿੰਦੇ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਪਰ ਇੱਕੋ ਹੀ ਇੱਕੋ ਆਸ ਦੀ ਕਿਰਨ ਹੈ, ਉਹ ਆਸ ਦੀ ਕਿਰਨ ਕੀ ਹੈ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਬਸ ਇੱਕੋ ਹੀ ਕੰਡੀਸ਼ਨ ਹੈ ਉਹਨਾਂ ਦੀ ਕਿ ਗੁਰੂ ਦੇ ਪੱਲੇ ਦੇ ਨਾਲ ਜੁੜ ਕੇ ਰਹੋ। ਅੱਜ ਤੇ ਛੋਟੇ ਛੋਟੇ ਇੰਸੀਡੈਂਟ, ਛੋਟੀ ਛੋਟੀਆਂ ਘਟਨਾਵਾਂ, ਛੋਟੇ ਛੋਟੀਆਂ ਦੁੱਖ ਤਕਲੀਫਾਂ ਸਾਨੂੰ ਇੰਨਾ ਕੁ ਦੁਖੀ ਕਰ ਦਿੰਦੀਆਂ ਨੇ ਕਿ ਸਾਨੂੰ ਸਮਝ ਨਹੀਂ ਲੱਗਦੀ ਜੀਵਨ ਦੇ ਅੰਦਰ ਕਿਵੇਂ ਇਹਨਾਂ ਸਾਰੀਆਂ ਦੁੱਖ ਤਕਲੀਫਾਂ ਨੂੰ ਫੇਸ ਕਰੀਏ। ਤੇ ਜਦੋਂ ਇਹ ਚੀਜ਼ਾਂ ਸਮਝ ਨਾ ਆਉਣ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਲੈਣਾ, ਇਹੀ ਬਚਨ ਸੱਤੇ ਤੇ ਬਲਵੰਡ ਨੇ ਕਹੇ ਵੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ। ਆਖਿਆ ਜਦੋਂ ਨਾਨੀ ਲੈ ਕੇ ਆਏ ਸੀ ਨਾ ਚੁੰਨੀ ਮੰਡੀ ਲਾਹੌਰ ਤੋਂ, ਉਸ ਵੇਲੇ ਘਰ ਤੋਂ ਬਾਹਰ ਨਿਕਲਣ ਲੱਗਦੇ ਨੇ ਤੇ ਘਰ ਦਾ ਦਰਵਾਜ਼ਾ ਬੰਦ ਕਰਦੇ ਨੇ ਤੇ ਉਹਨੂੰ ਤਾਲਾ ਮਾਰਨ ਲੱਗਦੇ ਨੇ। ਆਂਢ ਗੁਆਂਢ ਦੇ ਲੋਕ ਇਕੱਠੇ ਹੋ ਕੇ ਸਾਰੇ ਮਾਹੌਲ ਨੂੰ ਵੇਖ ਰਹੇ ਹੁੰਦੇ ਨੇ। ਨਾਨੀ ਨੇ ਬੜੇ ਭਾਵਪੂਰਤ ਹੋ ਕੇ ਇਹ ਬਚਨ ਕਹੇ, ਕਹਿੰਦੇ ਹਰਦਾਸ ਜੀ, ਹਰਦਾਸ ਜਿਹੜਾ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਤਾ ਜੀ ਦਾ ਨਾਂ ਸੀ ਜੋ ਅਕਾਲ ਚਲਾਣਾ ਕਰ ਚੁੱਕੇ ਨੇ, ਤਾਂ ਕਿ ਇਹ ਜਿਹੜੇ ਲੋਕ ਆਲੇ ਦੁਆਲੇ ਖੜੇ ਨੇ ਨਾ ਇਹਨਾਂ ਦੀਆਂ ਜ਼ਮੀਰਾਂ ਜਾਗਣ ਤੇ ਇਹ ਕੁਝ ਆਪਣੇ ਫਰਜ਼ਾਂ ਨੂੰ ਪਛਾਣਨ। ਉਹਨਾਂ ਨੇ ਤਾਲਾ ਮਾਰਦਿਆਂ ਉਸ ਦਰਵਾਜ਼ੇ ਨੂੰ ਇਹ ਬਚਨ ਕਹੇ ਕਿ ਹਰਦਾਸ ਅੱਜ ਤੇਰੇ ਘਰ ਦੇ ਦਰਵਾਜ਼ੇ ਨੂੰ ਮੈਂ ਬੰਦ ਕਰਨ ਲੱਗੀ ਹਾਂ, ਪਤਾ ਨਹੀਂ ਇਹ ਦਰਵਾਜ਼ਾ ਕਦੇ ਖੁੱਲੇਗਾ ਕਿ ਨਹੀਂ ਖੁੱਲੇਗਾ, ਪਤਾ ਨਹੀਂ ਕੋਈ ਸਮਾਂ ਆਏ ਇਸ ਦਰਵਾਜ਼ੇ ਨੂੰ ਕਿਵੇਂ ਖੋਲਿਆ ਜਾਏਗਾ, ਉਹਦਾ ਢੰਗ ਤਰੀਕਾ ਕੀ ਹੋਏਗਾ। ਤਾਂ ਕਿ ਉਹ ਜਿਹੜੇ ਆਲੇ ਦੁਆਲੇ ਲੋਕ ਖੜੇ ਸੀ ਨਾ ਉਹਨਾਂ ਦੀ ਜ਼ਮੀਰ ਕਿਧਰੇ ਜਾਗੇ ਤੇ ਉਹ ਆਪਣੇ ਫਰਜ਼ਾਂ ਨੂੰ ਪਛਾਣਦਿਆਂ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੱਥ ਫੜ ਲੈਣ। ਪਰ ਸੱਚ ਜਾਣਨਾ ਕਿਸੇ ਨੇ ਬਾਂਹ ਨਹੀਂ ਫੜੀ, ਬਾਂਹ ਫੜਨ ਵਾਲਾ ਸਿਰਫ ਤੇ ਸਿਰਫ ਇੱਕੋ ਹੀ ਘਰ, ਗੁਰੂ ਨਾਨਕ ਦੇ ਘਰ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਂਹ ਫੜੀ
ਤੇ ਬਾਂਹ ਫੜ ਕੇ ਸਮੁੱਚੀ ਮਨੁੱਖਤਾ ਵਾਸਤੇ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਜਿਹੜੇ ਦੁਨੀਆਂ ਦੇ ਦਰ ਦੇ ਉੱਤੇ ਠੋਕਰਾਂ ਖਾ ਰਹੇ ਨੇ ਲੋਕ, ਜੇ ਉਹ ਠੋਕਰਾਂ ਵਾਲੇ ਦਰ ਛੱਡ ਕੇ ਗੁਰੂ ਨਾਨਕ ਦਾ ਲੜ ਫੜ ਲੈਣ ਤੇ ਉਹਨਾਂ ਦਾ ਜੀਵਨ ਦੁਨੀਆਂ ਦੇ ਵਾਸਤੇ ਚਾਨਣ ਮੁਨਾਰਾ ਹੋ ਸਕਦਾ ਹੈ। ਇਸ ਤੋਂ ਵੱਡੀ ਕਰਾਮਾਤ ਹੋਰ ਦੁਨੀਆਂ ਦੇ ਉੱਤੇ ਕੀ ਵਾਪਰੇਗੀ? ਰਹਿੰਦੀ ਵਿਚਾਰ ਅਸੀਂ ਅਗਲੇ ਦੀਵਾਨਾਂ ਦੇ ਵਿੱਚ ਰੂਟੀਨ ਦੇ ਅੰਦਰ ਇਸੇ ਤਰ੍ਹਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।